ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਸਵੇਰੇ ਉੱਤਰਾਖੰਡ ਦੀ ਸਾਬਕਾ ਮੰਤਰੀ ਤੇ ਕਾਂਗਰਸੀ ਨੇਤਾ ਹਰਕ ਸਿੰਘ ਰਾਵਤ ਦੇ ਕਈ ਟਿਕਾਣਿਆਂ ਤੇ ਜੰਗਲਾਂ ਦੀ ਕਟਾਈ ਤੇ ਜ਼ਮੀਨਾਂ ਵਿੱਚ ਹੋਏ ਘੁਟਾਲੇ ਦੀ ਮਾਮਲੀ ਨੂੰ ਲੈ ਕੇ ਛਾਪੇਮਾਰੀ ਕੀਤੀ ਰਾਵਤ ਤੋਂ ਇਲਾਵਾ ਹੋਰਨਾ ਦੇ ਹੋਰ ਸਹਿਯੋਗੀਆਂ ਦੇ 10 ਟਿਕਾਣਿਆਂ ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਇਹ ਛਾਪੇਮਾਰੀ ਦਿੱਲੀ ਉੱਤਰਾਖੰਡ ਅਤੇ ਚੰਡੀਗੜ੍ਹ ਵਿੱਚ ਜਾਰੀ ਹੈ